ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਪਤੇ ਦੀ ਗੱਲ ਦੱਸਦੇ ਹਾਂ। ਬਹੁਤ ਹੀ ਘੱਟ ਤੁਹਾਨੂੰ ਇਸ ਵਿਸ਼ੇ ਦੇ ਨਾਲ ਸੰਬੰਧਿਤ ਲੋਕਾਂ ਨੇ ਗੱਲਾਂ ਦੱਸੀਆਂ ਹੋਣਗੀਆਂ। ਬਹੁਤੇ ਤਾਂ ਊਟ ਪਟਾਂਗ ਅਤੇ ਝੂਠੀਆਂ ਕਹਾਣੀਆਂ ਸੁਣਾ ਕੇ ਤੁਰ ਜਾਂਦੇ ਆ। ਇਹ ਅਨੁਭਵ ਦੀ ਗੱਲ ਆ, ਇਹ ਇੱਕ ਨਿੱਜੀ ਅਭਿਆਸ ਦੀ ਗੱਲ ਹੈ। ਜੋ ਵੀ ਅਸੀਂ ਕਰ ਰਹੇ ਹਾਂ ਉਹ ਅਭਿਆਸ ਦੀ ਗੱਲ ਕਰ ਰਹੇ ਹਾਂ। ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਤਕਲੀਫਾਂ ਦੇ ਵਿੱਚ ਹੋ, ਮਨ ਤੁਹਾਡਾ ਸ਼ਾਂਤ ਹੈ ਤਾਂ ਤੁਹਾਡੀ ਬਾਡੀ ਦਾ ਸਰਕੂਲਰ ਸਿਸਟਮ ਇਹੀ ਡਾਵਾਡੋਲ ਹੋ ਜਾਂਦਾ। ਪਰ ਅੱਜ ਤੁਹਾਨੂੰ ਇੱਕ ਪਤੇ ਦੀ ਗੱਲ ਦੱਸਦਾ ਵੀ ਜਦੋਂ ਤੁਸੀਂ ਸ਼ਾਂਤ ਹੋ ਜਾਓਗੇ ਨਾ, ਜਿਉਂ ਹੀ ਤੁਸੀਂ ਸ਼ਾਂਤ ਹੋ ਕੇ ਬੈਠੋਗੇ, ਤੁਸੀਂ ਪਾਓਗੇ ਕਿ ਤੁਹਾਡੀ ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਹੋ ਗਈ ਆ। ਤੁਹਾਡੇ ਅੰਦਰ ਦੇ ਵਿਚਾਰ ਜਿਉਂ ਹੀ ਮੰਨਗੇ, ਤੁਹਾਡੀ ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਹੋ ਜਾਏਗੀ, 90 ਡਿਗਰੀ ਦਾ ਕੋਣ ਬਿਲਕੁਲ ਸਿੱਧਾ। ਇਹ ਅਨੁਭਵ ਦੀ ਗੱਲ ਆ। ਜਿਵੇਂ ਹੀ ਮਨ ਸ਼ਾਂਤ ਹੋਇਆ, ਸਾਡੀ ਰੀੜ੍ਹ ਦੀ ਹੱਡੀ ਦਾ ਸਿੱਧਾ ਹੋ ਜਾਣਾ ਇਹ ਕੁਦਰਤੀ ਹੈ, ਲਾਜ਼ਮੀ ਹੈ, ਕਿਉਂਕਿ ਸ਼ਾਂਤ ਮਨ ਇੱਕ ਸਕਾਰਾਤਮਿਕ ਊਰਜਾ ਨੂੰ ਉਤਪੰਨ ਕਰਦਾ। ਸਾਡੇ ਸਰੀਰ ਦੇ ਵਿੱਚੋਂ ਵਿਕਾਰ ਖਤਮ ਹੋਣੇ ਸ਼ੁਰੂ ਹੋ ਜਾਂਦੇ। ਇਹ ਬੜੀ ਹੀ ਡੂੰਘੀ ਗੱਲ ਹੈ, ਬੜੇ ਹੀ ਅਨੁਭਵ ਦੀ ਗੱਲ ਹੈ। ਸੋ ਆਪਾਂ ਤੁਹਾਡੇ ਨਾਲ ਇਸੇ ਵਿਸ਼ੇ ਦੇ ਉੱਤੇ ਵਿਚਾਰ ਕਰਦੇ ਪਏ ਹਾਂ, ਕਿਉਂਕਿ ਕਈ ਲੋਕ ਕਹਿ ਦਿੰਦੇ ਵੀ ਧਿਆਨ ਦੇ ਨਾਲ ਕਿਸ ਤਰ੍ਹਾਂ ਬਿਮਾਰੀਆਂ ਦੂਰ ਹੋ ਜਾਂਦੀਆਂ, ਕਿਸ ਤਰ੍ਹਾਂ ਸਰੀਰ ਹੁਣ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ। ਇਹ ਅਸੀਂ ਨਿੱਜੀ ਤੌਰ 'ਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਦੇਖਿਆ, ਅਸੀਂ ਨਿੱਜੀ ਤੌਰ 'ਤੇ ਤਜਰਬੇ ਕਰਕੇ ਦੇਖੇ ਨੇ। ਜਿਉਂ ਹੀ ਮਨ ਸ਼ਾਂਤ ਹੋਇਆ, ਸਰੀਰ ਆਪਣੇ ਆਪ ਰਿਲੈਕਸ ਹੋ ਗਿਆ, ਜਿਉਂ ਹੀ ਵਿਚਾਰ ਰੁਕੇ, ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਹੋ ਗਈ, ਇੱਕ ਊਰਜਾ ਹੇਠਾਂ ਤੋਂ ਉੱਪਰ ਵੱਲ ਨੂੰ ਉੱਠਣੀ ਸ਼ੁਰੂ ਹੋ ਜਾਂਦੀ ਆ। ਇਹ ਇੱਕ ਤੁਹਾਡੇ ਹੱਥ ਕਿਸੇ ਜਿੰਦਰੇ ਦੀ ਚਾਬੀ ਲੱਗ ਗਈ। ਜਿਉਂ ਜਿਉਂ ਤੁਸੀਂ ਅਭਿਆਸ ਦੇ ਵਿੱਚ ਉਤਰੋਗੇ, ਮਨ ਦੇ ਵਿਚਾਰ ਮਰਨਗੇ, ਤੁਸੀਂ ਸ਼ਾਂਤ ਹੋਣਾ ਸ਼ੁਰੂ ਹੋ ਜਾਓਗੇ, ਤੁਹਾਡੀ ਬਾਡੀ ਦੇ ਵਿਕਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ। ਤੁਸੀਂ ਦੇਖੋਗੇ ਤੁਹਾਡੀ ਰੀੜ੍ਹ ਦੀ ਹੱਡੀ ਦੇ ਉੱਤੇ ਕੋਈ ਊਰਜਾ ਦਾ ਵੇਗ ਉਤਾਣੂ ਆ ਰਿਹਾ। ਤੁਹਾਡੇ ਪੈਰਾਂ ਤੋਂ ਲੈ ਕੇ ਸਰੀਰ ਉੱਪਰ ਤੱਕ, ਸਿਰ ਤੱਕ ਤੰਦਰੁਸਤ ਹੋਣਾ ਸ਼ੁਰੂ ਹੋ ਗਿਆ। ਤੁਹਾਡੇ ਆਪਣੇ ਆਪ ਦੇ ਵਿੱਚ ਇੱਕ ਅਨੁਭਵ ਹੋਵੇਗਾ ਕਿ ਤੁਸੀਂ ਇੱਕ ਸ਼ਾਂਤ ਜਿਹੀ ਊਰਜਾ ਨੂੰ ਆਪਣੇ ਅੰਦਰ ਵਹਿੰਦਾ ਦੇਖ ਰਹੇ ਹੋ। ਤੁਹਾਡੇ ਮਨ ਦੇ ਵਿੱਚ ਨਿਰਾਸ਼ਤਾ ਖਤਮ ਹੋ ਜਾਵੇਗੀ, ਤੁਹਾਡੇ ਮਨ ਦੇ ਵਿਕਾਰ ਖਤਮ ਹੋ ਜਾਣਗੇ, ਤੁਹਾਡੀ ਦਿਲ ਦੀ ਉਦਾਸੀ, ਮਨ ਦੀ ਉਦਾਸੀ ਖਤਮ ਹੋ ਜਾਏਗੀ, ਤੁਹਾਡੇ ਅੰਦਰ ਇੱਕ ਵੱਖਰੀ ਊਰਜਾ ਦਾ ਉਥਾਨ ਹੋਵੇਗਾ। ਸਭ ਸੰਸਾਰ ਦੇ ਰੌਲੇ ਗੋਲੇ 'ਚ ਤੁਸੀਂ ਪਾਸੇ ਹੋ ਜਾਓਗੇ, ਤੁਹਾਡਾ ਮਨ ਇੰਨਾ ਕੁ ਜ਼ਿਆਦਾ ਸ਼ਾਂਤੀ 'ਚ ਚਲਾ ਜਾਵੇਗਾ ਕਿ ਤੁਹਾਡੇ ਅੰਦਰ ਜੋ ਵੀ ਸਕਾਰਾਤਮਿਕ ਸ਼ਕਤੀ ਹੈ ਤੁਹਾਨੂੰ ਅਨੁਭਵ ਹੋਣੀ ਸ਼ੁਰੂ ਹੋ ਜਾਏਗੀ। ਤੁਹਾਡਾ ਰੋਮ ਰੋਮ ਇਸ ਤਰ੍ਹਾਂ ਖਿੜਨਾ ਸ਼ੁਰੂ ਹੋ ਜਾਵੇਗਾ ਜਿਸ ਤਰ੍ਹਾਂ ਤੁਹਾਨੂੰ ਕੋਈ ਨਵਾਂ ਜਨਮ ਮਿਲ ਗਿਆ ਹੋਵੇ, ਜਿਸ ਤਰ੍ਹਾਂ ਤੁਸੀਂ ਬਹੁਤ ਹੀ ਲੰਮੀ ਨੀਂਦ ਤੋਂ ਉਜਾਗੇ ਹੋਵੋ, ਜਿਸ ਤਰ੍ਹਾਂ ਤੁਸੀਂ ਕਿਸੇ ਬਹੁਤ ਵੱਡੀ ਬਿਮਾਰੀ ਤੋਂ ਰਾਹਤ ਪਾ ਲਈ ਹੋਵੇ, ਇਸ ਤਰ੍ਹਾਂ ਤੁਹਾਨੂੰ ਅਨੁਭਵ ਹੋਵੇਗਾ। ਬਸ ਤੁਸੀਂ ਕੀ ਕਰਨਾ, ਬੈਠ ਜਾਣਾ, ਸ਼ਾਂਤ ਹੋ ਕੇ ਢੂਈ ਨੂੰ ਸਿੱਧਿਆ ਕਰਕੇ, ਰੀੜ੍ਹ ਦੀ ਹੱਡੀ ਨੂੰ ਸਿੱਧਿਆ ਕਰਕੇ ਤੁਸੀਂ ਵੇਖੋਗੇ ਕੋਈ ਊਰਜਾ ਰੀੜ੍ਹ ਦੀ ਹੱਡੀ ਦੇ ਰਾਹੀਂ ਹੇਠਾਂ ਤੋਂ ਉੱਪਰ ਵੱਲ ਨੂੰ ਤੁਹਾਡੇ ਸਿਰ ਵੱਲ ਨੂੰ ਤੁਹਾਨੂੰ ਆ ਰਹੀ ਆ। ਤੁਸੀਂ ਦੇਖੋਗੇ ਤੁਹਾਡਾ ਮਨ ਬਿਲਕੁਲ ਸ਼ਾਂਤ ਹੋ ਗਿਆ, ਤੁਹਾਡਾ ਮਨ ਦੇ 'ਚ ਜੋ ਚੰਚਲਤਾ, ਸਮਾਜ ਦੇ ਵਿਚਾਰਾਂ ਦੀ ਚੰਚਲਤਾ ਉਹ ਖਤਮ ਹੋ ਗਈ ਆ। ਤੁਹਾਡੇ ਅੰਦਰੋਂ ਇੱਕ ਧੁਣ ਵੱਜਣੀ ਸ਼ੁਰੂ ਹੋ ਜਾਏਗੀ, ਤੁਹਾਡੇ ਅੰਦਰ ਦੇ ਜੋ ਧਾਰਾਵਾਂ ਨੇ, ਅੰਦਰ ਤੁਹਾਡੀ ਜੋ ਧਾਰਾ ਵਹਿ ਰਹੀ ਆ, ਕੁਦਰਤੀ ਧਾਰਾ ਵਹਿ ਰਹੀ ਆ, ਆਨੰਦ ਧਾਰਾ ਵਹਿ ਰਹੀ ਆ, ਉਹ ਤੁਹਾਨੂੰ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ। ਨਾਸਤਿਕ ਆਸਤਿਕ ਇਸ ਅਭਿਆਸ ਨੂੰ ਸਾਰੇ ਕਰ ਸਕਦੇ, ਕਿਉਂਕਿ ਇਸ ਦਾ
ਆਸਤਿਕ ਜਾਂ ਨਾਸਤਿਕ ਇਨਸਾਨ ਦੇ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਇਹ ਤਾਰਾ ਹਰ ਕਿਸੇ ਇਨਸਾਨ ਦੇ ਵਿੱਚ ਵਹਿ ਰਹੀ ਆ। ਇਸ ਵਿੱਚ ਕੋਈ ਵੀ ਕਿੰਤੂ ਪਰੰਤੂ ਕਰਨ ਦੀ ਜ਼ਰੂਰਤ ਨਹੀਂ, ਇਸ ਵਿੱਚ ਕੋਈ ਵਹਿਮ ਭਰਮ ਦੀ ਜ਼ਰੂਰਤ ਨਹੀਂ, ਕਿਉਂਕਿ ਇਹ ਨੇਚਰ ਆ, ਕੁਦਰਤ ਆ। ਜਦੋਂ ਇਨਸਾਨ ਠੀਕ ਹੋਣਾ ਸ਼ੁਰੂ ਹੁੰਦਾ, ਜਦੋਂ ਇਨਸਾਨ ਦੇ ਵਿਕਾਰ ਮਰਨੇ ਸ਼ੁਰੂ ਹੋ ਜਾਂਦੇ ਆ, ਮਨ ਦੀਆਂ ਬਿਮਾਰੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ, ਸਭ ਤੋਂ ਪਹਿਲਾਂ ਬੰਦੇ ਦਾ, ਇਨਸਾਨ ਦਾ ਸੁਭਾਅ ਬਦਲਣਾ ਸ਼ੁਰੂ ਹੋ ਜਾਂਦਾ। ਜਦੋਂ ਹੀ ਅਸੀਂ ਇਸ ਸ਼ਕਤੀ ਨੂੰ ਸਮਝਿਆ, ਇਸ ਊਰਜਾ ਨੂੰ ਸਮਝਿਆ, ਤਦ ਹੀ ਅਸੀਂ ਆਪਣੇ ਅੰਦਰ ਦੇ ਚਿੜਚਿੜੇਪਣ ਨੂੰ ਖਤਮ ਕਰ ਪਾਏ, ਤਦ ਹੀ ਅਸੀਂ ਮਨ ਦੀਆਂ ਚਿੰਤਾਵਾਂ ਨੂੰ ਖਤਮ ਕਰ ਪਾਏ, ਤਦ ਹੀ ਅਸੀਂ ਆਪਣੇ ਆਪ ਦੇ ਵਿੱਚ ਖੁਸ਼ ਹੋਣਾ ਸਿੱਖ ਲਿਆ। ਤੁਸੀਂ ਦੇਖੋ, ਜਿਉਂ ਹੀ ਤੁਸੀਂ ਇਸ ਊਰਜਾ ਨੂੰ ਸਮਝੋਗੇ, ਇਸ ਧਿਆਨ ਦੀ ਵਿਧੀ ਨੂੰ ਸਮਝੋਗੇ, ਤੁਹਾਡਾ ਸੰਸਾਰ ਦੇ ਹੋਰ ਹਰ ਚੀਜ਼ ਤੋਂ ਮਨ ਬਾਗੀ ਹੋ ਜਾਵੇਗਾ। ਤੁਸੀਂ ਸਿਰਫ ਇੱਕ ਨਿਰੰਕਾਰ ਅਕਾਲ ਪੁਰਖ 'ਤੇ ਭਰੋਸਾ ਰੱਖਣਾ ਸਿੱਖ ਲਵੋਗੇ, ਕਿਉਂਕਿ ਇਸ ਸੰਸਾਰ ਨੂੰ ਚਲਾਉਣ ਵਾਲੀ ਸ਼ਕਤੀ ਇੱਕ ਹੀ ਹੈ, ਜਿਸ ਤੁਸੀਂ ਬ੍ਰਹਮ ਦੀ ਸ਼ਕਤੀ ਕਹਿੰਦੇ ਹਾਂ, ਬ੍ਰਹਿਮੰਡ ਦੀ ਸ਼ਕਤੀ ਕਹਿੰਦੇ ਹਾਂ। ਆਪਾਂ ਆਉਣ ਵਾਲੇ ਦਿਨਾਂ ਦੇ 'ਚ ਬ੍ਰਹਮ ਜਿਹੜਾ ਸ਼ਬਦ ਆ, ਬ੍ਰਹਮ ਤੋਂ ਕੀ ਭਾਵ ਹੈ, ਇਹ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਇਹ ਅਭਿਆਸ ਤੁਸੀਂ ਕਰਕੇ ਦੇਖਣਾ, ਤੁਹਾਡੀ ਜ਼ਿੰਦਗੀ ਬਦਲ ਜਾਵੇਗੀ, ਤੁਹਾਡੇ ਅੰਦਰ ਦੇ ਵਿਕਾਰ, ਬਿਮਾਰੀਆਂ, ਦੁੱਖ, ਤਕਲੀਫ, ਚਿੰਤਾਵਾਂ ਖਤਮ ਹੋ ਜਾਣਗੀਆਂ, ਤੁਸੀਂ ਇੱਕ ਨਵੇਂ ਜਨਮ ਨੂੰ ਪ੍ਰਾਪਤ ਕਰੋਗੇ। ਕਿਉਂਕਿ ਅਸੀਂ ਦਵਾਈਆਂ ਲੈ ਰਹੇ ਹਾਂ, ਬਹੁਤ ਦਵਾਈਆਂ ਲੈ ਰਹੇ ਹਾਂ, ਸਾਡੀ ਬਾਡੀ ਨੂੰ ਅਸੀਂ ਦਵਾਈਆਂ ਦੇ ਨਾਲ ਭਰ ਲਿਆ ਹੈਗਾ, ਫਰਕ ਨਹੀਂ ਲੱਗਿਆ। ਇੱਕ ਬਿਮਾਰੀ ਠੀਕ ਹੁੰਦੀ ਆ, ਦੂਸਰੀ ਲੱਗ ਜਾਂਦੀ ਹੈ, ਦੂਸਰੀ ਠੀਕ ਹੁੰਦੀ ਆ, ਤੀਸਰੀ ਲੱਗ ਜਾਂਦੀ ਹੈ। ਕਾਰਨ ਇਹ ਆ ਕਿ ਸਾਡੇ ਮਨ ਦੇ ਵਿੱਚ ਜਿਹੜੀ ਜਗ੍ਹਾ ਬਣੀ ਹੋਈ ਆ, ਜੋ ਅਸੀਂ ਮਨ ਦੇ ਵਿੱਚ ਜਗ੍ਹਾ ਦਿੱਤੀ ਹੋਈ ਆ, ਉਹ ਚਿੰਤਾਵਾਂ ਨੂੰ ਅਤੇ ਰੋਗਾਂ ਨੂੰ ਹੀ ਦਿੱਤੀ ਹੋਈ ਆ, ਬਿਮਾਰੀਆਂ ਨੂੰ ਦਿੱਤੀ ਹੋਈ ਆ, ਦਵਾਈਆਂ ਨੂੰ ਦਿੱਤੀ ਹੋਈ ਆ। ਸਾਡਾ ਜੋ ਧਿਆਨ ਹੈ ਉਹ ਬਿਮਾਰੀਆਂ, ਦਵਾਈਆਂ ਦੇ ਉੱਤੇ ਹੀ ਟਿਕਿਆ ਹੋਇਆ ਹੈ। ਜਿਉਂ ਹੀ ਅਸੀਂ ਆਪਣੇ ਧਿਆਨ ਨੂੰ ਉਦੋਂ ਹਟਾਵਾਂਗੇ, ਆਪਣੇ ਆਪ 'ਤੇ ਲੈ ਕੇ ਆਵਾਂਗੇ, ਵਿਚਾਰਾਂ ਤੋਂ ਆਪਦੇ ਮੁਕਤ ਕਰਾਂਗੇ, ਮਨ ਨੂੰ ਬਿਲਕੁਲ ਖਾਲੀ ਕਰ ਦੇਵਾਂਗੇ ਵਿਚਾਰਾਂ ਤੋਂ, ਤਦ ਸਾਡੇ ਅੰਦਰ ਦੇ ਵਿਕਾਰ ਵੀ ਖਤਮ ਹੋਣੇ ਸ਼ੁਰੂ ਹੋ ਜਾਣਗੇ। ਜੇਕਰ ਕੋਈ ਮੈਨੂੰ ਇਹ ਕਹਿ ਦੇਵੇ ਕਿ ਵੀ ਮੈਂ ਤਾਂ ਠੀਕ ਨਹੀਂ ਹੋਇਆ, ਵੀ ਇੱਕ ਦੋ ਦਿਨ ਹੋਇਆ ਮੈਨੂੰ ਅਭਿਆਸ ਕਰਦੇ ਨੂੰ, ਮੈਂ ਠੀਕ ਨਹੀਂ ਹੋਇਆ, ਨਹੀਂ, ਇਹ ਬਿਮਾਰੀ ਜਿਤਨੀ ਲੰਬੀ ਹੈ ਉਸ ਨੂੰ ਠੀਕ ਹੋਣ ਦੇ 'ਚ ਵੀ ਸਮਾਂ ਲੱਗੇਗਾ, ਪਰ ਠੀਕ ਹੋਵੇਗੀ ਜ਼ਰੂਰ। ਕਿਉਂਕਿ ਅਸੀਂ ਨਿੱਜੀ ਤੌਰ 'ਤੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਰੋਗਾਂ ਨੂੰ, ਇਸ ਤਰ੍ਹਾਂ ਦੀਆਂ ਤਕਲੀਫਾਂ ਨੂੰ, ਮਾਨਸਿਕ ਵਿਕਾਰਾਂ ਨੂੰ ਠੀਕ ਕੀਤਾ ਆਪਣੇ ਆਪ ਦੇ ਵਿੱਚ, ਆਪ ਵੀ ਠੀਕ ਹੋਇਆ ਕਿ ਜੋ ਹੋਰ ਲੋਕਾਂ ਨੂੰ ਵੀ ਠੀਕ ਕੀਤਾ। ਸੋ ਇਸ ਵਿੱਚ ਕੋਈ ਵਹਿਮ ਨਹੀਂ, ਇਹ ਇੱਕ ਸਾਡੇ ਪੁਰਾਤਨ ਗ੍ਰੰਥਾਂ ਦੇ ਵਿੱਚ ਦੱਸੀਆਂ ਗਈਆਂ ਵਿਧੀਆਂ, ਪਤੰਜਲੀ ਦੇ ਗ੍ਰੰਥਾਂ ਦੇ ਵਿੱਚ ਦੱਸੀਆਂ ਗਈਆਂ ਵਿਧੀਆਂ ਹਨ। ਪਹਿਲਾਂ ਤੁਸੀਂ ਅਭਿਆਸ ਕਰੋ, ਬਾਅਦ ਪਤੰਜਲੀ ਵੀ ਪੜ੍ਹ ਲਵੋ, ਕਿਉਂਕਿ ਇਹ ਇੱਕ ਵਿਗਿਆਨਿਕ ਤਰੀਕਾ ਹੈ। ਕਿਉਂਕਿ ਜੇਕਰ ਤੁਹਾਨੂੰ ਅਸੀਂ ਧਰਮ ਦੀ ਗੱਲ ਕਹਾਂਗੇ ਤਾਂ ਤੁਹਾਨੂੰ ਇਹ ਝੂਠ ਲੱਗੇਗਾ, ਕਿਉਂਕਿ ਸਾਨੂੰ ਧਰਮ ਦੇ ਨਾਲ ਨਫ਼ਰਤ ਹੀ ਇੰਨੀ ਕਾ ਕਿ ਪਤਾ ਨਹੀਂ ਸਾਨੂੰ ਕੀ ਹੋ ਜਾਂਦਾ ਧਰਮ ਦੇ ਨਾਂ 'ਤੇ। ਪਰ ਧਰਮ ਤੋਂ ਹੀ ਵਿਗਿਆਨ ਦਾ ਜਨਮ ਹੋਇਆ, ਨਾ ਕਿ ਵਿਗਿਆਨ ਤੋਂ ਧਰਮ ਦਾ ਜਨਮ ਹੋਇਆ। ਸਾਡੇ ਗ੍ਰੰਥ ਵਿਗਿਆਨਿਕ ਢਾਂਚਾ ਨੇ, ਬਸ ਉਹਨਾਂ ਵਿਧੀਆਂ ਨੂੰ ਅਸੀਂ ਜਾਣਨਾ ਨਹੀਂ, ਅਸੀਂ ਸ਼ੋਰਟਕੱਟ ਭਾਲਦੇ ਹਾਂ ਹਰ ਚੀਜ਼ ਦਾ। ਅਸੀਂ ਪਰਮਾਨੈਂਟਲੀ ਠੀਕ ਹੋਣਾ ਨਹੀਂ ਚਾਹੁੰਦੇ, ਅਸੀਂ ਟੈਂਪਰੇਰੀ ਜੇ ਕੰਮ ਸਿੱਖਣਾ ਚਾਹੁੰਦੇ ਹਾਂ, ਕਰਨਾ ਚਾਹੁੰਦੇ ਹਾਂ। ਸੋ ਅਭਿਆਸ ਕਰੋ, ਪਰਮਾਨੈਂਟਲੀ ਠੀਕ ਹੋਣਾ ਸਿੱਖੋ ਆਪਣੇ ਆਪ ਤੋਂ। ਜਦੋਂ ਤੁਹਾਡਾ ਮਨ ਸਹੀ ਹੋ ਗਿਆ, ਤੁਹਾਡੇ ਵਿਕਾਰ ਆਪਣੇ ਆਪ ਖਤਮ ਹੋ ਜਾਣਗੇ। ਜਦੋਂ ਤੁਹਾਡੇ ਮਨ ਦੇ ਵਿੱਚੋਂ ਚੰਗੇ ਵਿਚਾਰਾਂ ਨੇ ਜਗ੍ਹਾ ਲੈ ਲਈ, ਉਦੋਂ ਮਾੜੇ ਵਿਚਾਰ ਆਪਣੇ ਆਪ ਖਤਮ ਹੋ, ਉਹਨਾਂ ਨੂੰ ਖਤਮ ਕਰਨ ਦੀ ਜ਼ਰੂਰਤ ਨਹੀਂ। ਜਦੋਂ ਤੁਹਾਡੇ ਮਨ ਦੇ ਵਿੱਚ ਚੰਗੇ ਵਿਚਾਰਾਂ ਨੇ ਜਗ੍ਹਾ ਲੈ ਲਈ, ਮਾੜੇ ਵਿਚਾਰ ਆਪਣੇ ਆਪ ਖਤਮ ਹੋ ਜਾਣਗੇ,
ਉਹਨਾਂ ਨੂੰ ਖਤਮ ਕਰਨ ਦੀ ਜ਼ਰੂਰਤ ਨਹੀਂ, ਤੁਸੀਂ ਇਹ ਅਭਿਆਸ ਕਰਕੇ ਦੇਖਣਾ। ਜਦੋਂ ਤੁਸੀਂ ਕੁਝ ਚੰਗਾ ਕਰਨ ਦੀ ਸੋਚੋਗੇ ਤਾਂ ਮਾੜਾ ਆਪਣੇ ਆਪ ਖਤਮ ਹੋ ਜਾਵੇਗਾ, ਉਸ ਨੂੰ ਖਤਮ ਕਰਨ ਦੀ ਜ਼ਰੂਰਤ ਨਹੀਂ। ਜੇਕਰ ਤੁਸੀਂ ਸਮਾਜ ਨੂੰ ਕੁਝ ਚੰਗਾ ਦੇਣ ਦੀ ਕੋਸ਼ਿਸ਼ ਕਰੋਗੇ, ਮਾੜਾ ਆਪਣੇ ਆਪ ਚਲਾ ਜਾਵੇਗਾ, ਕਿਉਂਕਿ ਮਾੜਾ ਦੁਨੀਆ ਦੇ ਨਾਲ ਜੁੜਿਆ ਹੈ, ਸਮਾਜ ਦੇ ਨਾਲ ਜੁੜਿਆ ਹੈ, ਸੰਸਾਰ ਦੇ ਨਾਲ ਜੁੜਿਆ ਹੈ। ਮਾੜਾ ਸੰਸਾਰ ਦੇ ਨਾਲ ਜੁੜਿਆ ਹੋਣ ਕਰਕੇ ਸਾਡੇ ਮਨ ਵੀ ਸੰਸਾਰੀ ਹੋਣ ਕਰਕੇ ਇਹਨਾਂ ਮਾੜਿਆਂ ਦੇ 'ਚ ਉਲਝ ਕੇ ਰਹਿ ਗਿਆ। ਜਿਉਂ ਹੀ ਅਸੀਂ ਅੰਦਰ ਉਤਰਾਂਗੇ, ਚੰਗਾ ਕਰਨ ਬਾਰੇ ਸੋਚਾਂਗੇ, ਮਾੜਾ ਆਪਣੇ ਆਪ ਉਸ ਵਕਤ ਹੀ ਖਤਮ ਹੋ ਜਾਵੇਗਾ, ਕਿਉਂਕਿ ਇੱਕ ਮਿਆਨ ਦੇ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਜਦੋਂ ਤੁਸੀਂ ਚੰਗਾ ਸੋਚ ਰਹੇ ਹੋ ਉਦੋਂ ਮਾੜਾ ਨਹੀਂ ਰਹਿ ਸਕਦਾ, ਜਦੋਂ ਤੁਸੀਂ ਮਾੜਾ ਸੋਚ ਰਹੇ ਹੋ ਉਦੋਂ ਚੰਗਾ ਨਹੀਂ ਰਹਿ ਸਕਦਾ, ਇੱਕ ਗੱਲ ਹੀ ਹੋਵੇਗੀ, ਜਾਂ ਤਾਂ ਮਾੜੀ ਜਾਂ ਇਹ ਚੰਗੀ। ਸੋ ਇਹ ਤੁਸੀਂ ਨਿਸ਼ਚਿਤ ਕਰਨਾ, ਤੁਸੀਂ ਪੱਕਾ ਕਰਨਾ ਵੀ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ 'ਚ ਕਿਵੇਂ ਢਾਲਣਾ, ਕਿਵੇਂ ਅਭਿਆਸ ਕਰਨਾ। ਬਸ ਸਿੱਧੀ ਰੀੜ੍ਹ ਦੀ ਹੱਡੀ ਨੂੰ ਰੱਖ ਕੇ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ, ਆਪਣੇ ਸਵਾਸਾਂ ਦੇ ਉੱਤੇ ਧਿਆਨ ਲਗਾਉਣਾ ਹੈਗਾ। ਸਵਾਸ ਅੰਦਰ ਗਿਆ, ਬਾਹਰ ਆਇਆ, ਫਿਰ ਅੰਦਰ ਗਿਆ, ਫਿਰ ਬਾਹਰ ਆਇਆ। ਦੇਖਣਾ ਤੁਸੀਂ ਇਹਨਾਂ ਸਵਾਸਾਂ ਨੂੰ, ਤੁਹਾਡੀ ਰੀੜ੍ਹ ਦੀ ਹੱਡੀ ਵਿੱਚ ਇੱਕ ਊਰਜਾ ਦਾ ਵੇਗ ਤੁਹਾਨੂੰ ਵਧੇਗਾ, ਇੱਕ ਚੁੰਬਕੀ ਤਰੰਗਾ ਤੁਹਾਨੂੰ ਵਧਣਗੀਆਂ, ਇੱਕ ਮੈਗਨੈਟਿਕ ਫੀਲਡ ਤੁਹਾਡੀ ਬਾਡੀ ਦੇ ਵਿੱਚ ਵਰਕ ਕਰਨਾ ਸ਼ੁਰੂ ਕਰ ਦੇਵੇਗੀ। ਤੁਹਾਡੇ ਅੰਦਰ ਦੇ ਵਿਕਾਰ ਖਤਮ ਹੋ ਜਾਣਗੇ, ਤੁਸੀਂ ਇੱਕ ਨਵੀਂ ਜ਼ਿੰਦਗੀ ਨੂੰ ਪ੍ਰਾਪਤ ਹੋਵੋਗੇ, ਤੁਹਾਡਾ ਮਾੜਾ ਸੰਸਾਰ, ਸੰਸਾਰ ਦਾ ਰੌਲਾ ਗੋਲਾ ਪਿਛਾਂ ਛੁੱਟ ਜਾਵੇਗਾ, ਤੁਸੀਂ ਇੱਕ ਹਸੀਨ ਆਬਾਦੀਆਂ ਦੇ ਵਿੱਚ ਚਲੇ ਜਾਓਗੇ ਅਤੇ ਇੱਕ ਚੰਗੀ ਜ਼ਿੰਦਗੀ ਨੂੰ ਪ੍ਰਾਪਤ ਕਰੋਗੇ। ਸੋ ਅੱਜ ਦੇ ਲਈ ਇੰਨਾ ਹੀ, ਧੰਨਵਾਦ, ਸਾਡੇ ਨਾਲ ਬਣੇ ਰਹੋ, ਫਿਰ ਕਿਤੇ ਹਾਜ਼ਰ ਹੋਵਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ।